ਤੁਸੀਂ ਪੰਜਾਬੀ ਡਾਕ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਜਿੰਦਰ ਸਿੰਘ ਤਿੰਨ ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਦਿੱਲੀ ਦੇ ਬਾਹਰਾਂ ਤੇ ਬੈਠਿਆ ਨੂੰ ਕਿਸਾਨਾਂ ਦੀ ਇੱਕੋ ਮੰਗ ਕੇ ਜੋ ਤਿੰਨ ਖੇਤੀ ਕਾਨੂੰਨ ਬੀਜੇਪੀ ਹਕੂਮਤ ਨੇ ਪਾਸ ਕੀਤੇ ਨੇ ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ ਇਹਨੂੰ ਲੈ ਕੇ ਜਦੋਂ 11 ਗੇਟ ਦੀ ਮੀਟਿੰਗ ਦੇ ਵਿੱਚ ਗੱਲਬਾਤ ਕਿਸੇ ਪਾਸੇ ਨਾਲ ਲੱਗੀ ਤਾਂ ਗੱਲਬਾਤ ਇਹ ਟੁੱਟ ਗਈ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਤੇ ਬੀਜੇਪੀ ਸਰਕਾਰ ਬੀਜੇਪੀ ਹਕੂਮਤ ਆਪਣੇ ਕੰਮਾਂਵਾਲ ਅਵੇਸਲੀ ਹੋ ਗਈ ਤੇ ਇਸ ਤੋਂ ਲੈ ਕੇ ਜਦੋਂ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਆਈਆਂ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਕਿ ਅਸੀਂ ਬੀਜੇਪ ਕਾਰ ਦੇ ਖਿਲਾਫ ਚੋਣ ਪ੍ਰਚਾਰ ਕਰਾਂਗੇ ਜਿੱਥੇ ਜਿੱਥੇ ਵੀ ਸੂਬਿਆਂ ਦੇ ਵਿੱਚ ਚੋਣਾ ਹੋਣਗੇ ਇਹਨੂੰ ਲੈ ਕੇ ਪੱਛਮੀ ਬੰਗਾਲ ਦੇ ਵਿੱਚ ਵੀ ਕਿਸਾਨ ਆਗੂਆਂ ਵੱਲੋਂ ਡੇਰੇ ਲਾਏਗੇ ਤੇ ਬੀਜੇਪੀ ਖਿਲਾਫ ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸੇ ਤੇ ਪ੍ਰतिकਰਮ ਦਿੰਦਿਆਂ ਹੋਇਆ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿਸਾਨ ਆਗੂਆਂ ਦੀ ਆਪਣੀ ਗੱਲ ਤਾਂ ਕਿਸੇ ਪਾਸੇ ਨਹੀਂ ਲੱਗੇ ਉਹ ਦੂਜਿਆਂ ਦੀ ਜ਼ਿੰਮੇਵਾਰੀ ਕੀ ਲੈਣਗੇ ਉਹਨਾਂ ਨੇ ਇੱਕ ਖਾਸ ਗੱਲ ਵੀ ਕਿਸਾਨ ਆਗੂਆਂ ਤੇ ਨਿਸ਼ਾਨਾ ਸਾਧਿਆ ਕਿ ਇਹ ਕਿਸਾਨ ਆਗੂ ਉਥੇ ਪੱਥਰਾਂ 'ਚ ਸਿਰਨਾਮਾ ਕਰਨ ਵੱਡੀ ਗੱਲ ਕਹੀ ਹੈ ਖੇਤੀਬਾੜੀ ਮੰਤਰੀ ਨੇ ਕਿਉਂਕਿ ਖੇਤੀਬਾੜੀ ਮੰਤਰੀ ਤੇ ਬੀਜੇਪੀ ਸਰਕਾਰ ਆ ਇਸ ਗੱਲ ਨੂੰ ਲੈ ਕੇ ਔਖੇ ਨੇ ਕਿ ਕਿਸਾਨ ਆਗੂ ਉਹਨਾਂ ਦੇ ਖਿਲਾਫ ਬੀਜੇਪੀ ਦੇ ਖਿਲਾਫ ਅਲੱਗ-ਅਲੱਗ ਸੁਭੇਂ ਦੇ ਵਿੱਚ ਜਿਨ੍ਹਾਂ ਪੰਜ ਸੁਭੇਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉਹਨਾਂ ਚੋਣਾਂ ਦੇ ਵਿੱਚ ਬੀਜੇਪੀ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਲਗਾਤਾਰ ਕਿਸਾਨਾਂ ਦਾ ਸੰਘਰਸ਼ ਤੇ ਬੀਜੇਪੀ ਸਰਕਾਰ ਦੀ ਅਡੀ ਉੱਥੇ ਹੀ ਆ ਜਿੱਥੇ 11 ਗੇਟਾਂ ਦੀ ਮੀਟਿੰਗ ਵਿੱਚ ਰੁਕ ਚੁੱਕੀ ਸੀ ਬੇਸ਼ੱਕ ਰਾਜਨਾਥ ਸਿੰਘ ਦਾ ਬਿਆਨ ਆਇਆ ਲਗਾਤਾਰ ਖੇਤੀਬਾੜੀ ਮੰਤਰੀ ਵੱਲੋਂ ਬਿਆਨ ਆਉਂਦੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕਿਸਾਨਾਂ ਲਈ ਗੱਲਬਾਤ ਕਰਨ ਲਈ ਉੱਥੋਂ ਤਿਆਰ ਹਾਂ ਜਿੱਥੋਂ ਸਾਡੀ ਗੱਲਬਾਤ ਟੁੱਟੀ ਸੀ ਪਰ ਸਰਕਾਰ ਦੂਜੇ ਪਾਸੇ ਕਹਿੰਦੀ ਹੈ ਕਿ ਸਾਨੂੰ ਤੁਸੀਂ ਕਾਨੂੰਨ ਰੱਦ ਕਰਨ ਨੂੰ ਨਾ ਕਹੋ ਪਰ ਕਿਸਾਨਾਂ ਕੋ ਕਹਿੰਦੇ ਨੇ ਕਿ ਜੇਕਰ ਕਾਨੂੰਨ ਰੱਦ ਨਹੀਂ ਕਰਨੇ ਤਾਂ ਗੱਲਬਾਤ ਕਿਸ ਲਈ ਸਰਕਾਰ ਕਹਿੰਦੀ ਹੈ ਕਿ ਅਸੀਂ ਐਮੈਂਡਮੈਂਟ ਕਰ ਦਿੰਦੇ ਹਾਂ ਅਸੀਂ ਸੋਧ ਕਰ ਦਿੰਦੇ ਹਾਂ ਸਾਨੂੰ ਕਾਨੂੰਨ ਰੱਦ ਕਰਨ ਨੂੰ ਨਾ ਕਹੋ ਤੇ ਇਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਇੱਕ ਵੱਡਾ ਬਿਆਨ ਆਇਆ ਹੈ ਕਿ ਕਿਸਾਨ ਆਗੂ ਕਿਸਾਨ ਆਗੂ ਜੋ ਪੱਛਮੀ ਬੰਗਾਲ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਬੀਜਪ ਦੇ ਖਿਲਾਫ ਕਿ ਉਹ ਉੱਥੇ ਉਹ ਪੱਥਰਾਂ 'ਚ ਸਿਰ ਨਾ ਮਾਰਨ ਉਹਨਾਂ ਦਾ ਆਪਣੇ ਤਾਂ ਆਪਣੇ ਮਾਲ ਮਸਲੇ ਦਾ ਹੱਲ ਤਾਂ ਨਿਕਲਿਆ ਨਹੀਂ ਹੈ ਉਹ ਦੂਜਿਆਂ ਦੀ ਜ਼ਿੰਮੇਵਾਰੀ ਕੀ ਲੈਣਗੇ ਆਹੋ ਤੁਹਾਨੂੰ ਸੁਣਾਉਂਦੇ ਹਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕੀ ਕਿਹਾ ਕਿਸਾਨ ਯੂਨੀਅਨ ਕੇ ਨੇਤਾ ਆਪਣੇ ਮਾਮਲੇ ਵਿੱਚ ਤਾਂ ਨਿਰਣੈ ਕਰ ਨਹੀਂ پا ਰਹੇ ਦੁਨੀਆ ਕੀ ਠੇਕੇਦਾਰੀ ਲੈਣੇ ਦੀ ਕੋਸ਼ਿਸ਼ ਕਰ ਰਹੇ मैं उनको आग्रह करना चाहता हूँ वो किसान नेता हैं किसानों की बात पर चर्चा करें सरकार चर्चा करने के लिए तैयार है उसका निराकरण करें तो किसानों का भी फायदा होगा इसमें यूनियन का भी फायदा होगा बाकी वहाँ पत्थर से सर मारने से कोई फायदा ਤੁਸੀਂ ਸੁਣਿਆ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਕਿਸਾਨ ਆਗੂਆਂ ਤੇ ਲੈ ਕੇ ਫਿਲਹਾਲ ਕਿਸਾਨ ਆਗੂਆਂ ਦਿਸ ਗੱਲ ਤੇ ਲੈ ਕੇ ਹਜੇ ਪ੍ਰਤੀਕਰਮ ਕੋਈ ਨਹੀਂ ਆਇਆ ਹੈ ਪਰ ਇੱਕ ਵੱਡਾ ਵੱਡਾ ਸ਼ਬਦੀ ਹਮਲਾ ਹੈ ਜਦੋਂ ਤੁਹਾਡੀ ਗੱਲਬਾਤ ਆਪਸ ਦੇ ਵਿੱਚ ਟੁੱਟ ਚੁੱਕੀ ਹੈ ਗੱਲਬਾਤ ਕਿਸੇ ਕਨਾਰੇ ਨਹੀਂ ਲੱਗੀ ਕਿਸਾਨਾਂ ਨੇ ਆਪਣਾ ਸੰਘਰਸ਼ ਦੇਖਾ ਕੀਤਾ ਹੋਇਆ ਤਾਂ ਇਹੋ ਜੇ ਹਮਲੇ ਇਹਨਾਂ ਜੋ ਗੱਲਾਂ ਬਾਤਾਂ ਨੂੰ ਦੁਫਾੜ ਕਰਨਗੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਗੱਲਾਂ ਬਾਤ ਕਰਨ ਲਈ ਤਿਆਰ ਹਾਂ ਦੂਜੇ ਪਾਸੇ ਤੁਸੀਂ ਆਗੂਆਂ ਉੱਤੇ ਕਿਸਾਨਾਂ ਉੱਤੇ ਹਮਲੇ ਸਾਹ ਦੇਓ ਦੇਖਣ ਵਾਲਾ ਹੋਵੇਗਾ ਇਸ ਮਸਲੇ ਦੇ ਵਿੱਚ ਕਿਉਂਕਿ 7 ਮਹੀਨਿਆਂ ਦਾ ਤ ਹੋ ਚੁਕਿਆ ਜਦੋਂ ਸੰਘਰਸ਼ ਪੰਜਾਬ ਤੋਂ ਚੱਲਿਆ ਸੀ 3 ਮਹੀਨੇ ਦਾ ਸਮਾਂ ਹੋ ਗਿਆ ਦਿੱਲੀ ਤੇ ਬਾਰਡਰਾਂ ਦੇ ਬੈਠਿਆਂ ਨੂੰ ਪਰ ਹਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਕਿਸਾਨ ਆਗੂਆਂ ਨਾਲ ਜਦੋਂ ਗੱਲਬਾਤ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਮਸਲਾ ਕੋਈ ਐਨੀ ਛੇਤੀ ਨਿਬੜਨ ਵਾਲਾ ਨਹੀਂ ਇਹ ਮਸਲਾ ਲੰਬਾ ਚੱਲੂਗਾ ਤੇ ਇਸ ਮਸਲੇ ਦੇ ਵਿੱਚ ਜੋ ਅਪਡੇਟ ਹੋਗੇ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ